السلام علیکم جی آفتاب احمد تابی حاضر ہے تابین پنجابی چ اور میرے نال جڑی شخصیت ویکھ رہے ہو انہاں دا تعارف کران دی کسے قسم دی ضرورت نہیں ہے اے پاکستان کرکٹ بورڈ دے سابق کرکٹ ٹیم دے مینیجر وی رہے نے اور چیئرمین پی سی بی وی رہے نے اور اے انہاں چند خوش قسمت آدمیاں چوں نے جنہاں نال پرائم منسٹر وزیر اعظم خان عمران خان صاحب لاندے نے ادروائز او بڑے کٹ لوکاں دے نام دے نال صاحب لاندے نے تے انہاں کول بالکل مختصر جی گل کران گے اور ٹو دی پوائنٹ گل کران گے عمران خان اوراں کول جڑی تانوں توقعات وابستہ سن او کنیاں پوریاں ہوئیاں کرکٹ اینڈ اوور آل ਵੇਖੋ ਜੀ ਕ੍ਰਿਕਟ ਦੇ ਬਾਰੇ ਤਾਂ ਮੇਰੀ ਤਵਕਵਾਤ ਆਸਮਾਨਾਂ 'ਤੇ ਪਹੁੰਚੀਆਂ ਹੋਈਆਂ ਸਨ ਕਿ ਪਾਕਿਸਤਾਨ ਦੀ ਟੀਮ ਜਿਹੜੀ ਹੈ ਉਹ ਤਿੰਨੇ ਫਾਰਮੈਟਸ ਵਿੱਚ ਉਹਦੀ ਕਾਰਗਰਦਗੀ ਬਹੁਤ ਆਲਾ ਹੋਏਗੀ ਲੇਕਿਨ ਉਹ ਨਹੀਂ ਪੂਰੀਆਂ ਹੋ ਰਹੀਆਂ ਔਰ ਮੈਂ ਸਮਝਦਾ ਕਿ ਉਹਦੀ ਵਜ੍ਹਾ ਇਹ ਨਹੀਂ ਕਿ ਕ੍ਰਿਕਟ ਤੋਂ ਜ਼ਿਆਦਾ ਉਹਨਾਂ ਤੋਂ ਜ਼ਿਆਦਾ ਕ੍ਰਿਕਟ ਨੂੰ ਕੌਣ ਸਮਝ ਸਕਦਾ ਹੈ ਮੇਰਾ ਖਿਆਲ ਇਹ ਕਿ ਉਹ ਮੁਲਕੀ ਮਾਮਲਾਤ ਔਰ ਮੁਲਕੀ ਮਸਾਇਲ ਇੰਨੇ ਜ਼ਿਆਦਾ ਨੇ ਕਿ ਉਹ ਇਸ ਪਾਸੇ ਵੱਲ ਤਵੱਜੋ ਨਹੀਂ ਦੇ ਪਾ ਰਹੇ ਲੇਕਿਨ ਉਹਨਾਂ ਨੂੰ ਤਵੱਜੋ ਦੇਣੀ ਚਾਹੀਦੀ ਹੈ ਕਿਉਂਕਿ ਉਹਨਾਂ ਦਾ ਜਿਹੜਾ ਕ੍ਰਿਕਟ ਵਿੱਚ ਨਾਮ ਹੈ ਉਹ ਉਹਦੇ 'ਤੇ ਹਰਫ ਆ ਰਿਹਾ ਜੀ ਬਿਲਕੁਲ ਬਾਕੀ ਜਿਹੜੀ ਦੂਸਰੇ ਸ਼ੋਬੇ ਨੇ ਉਹ ਪਹਿਲਾ ਜਿਹੜਾ 2.5 ਸਾਲ ਯਾਨੀ ਨਿਸਫ ਅਰਸਾ ਹੁੰਦਾ ਹੈ 5 ਸਾਲ ਦਾ ਹੁੰਦਾ ਨਾ ਤਿੰਨੇ ਉਹਦੇ 'ਚ ਤਾਂ ਕਾਫੀ ਮੁਸ਼ਕਿਲਾਂ ਪੇਸ਼ ਆਈਆਂ ਨੇ ਔਰ ਉਹਨਾਂ ਦੇ ਚਾਹਣ ਵਾਲੇ ਔਰ ਉਹਨਾਂ ਦੇ ਖੈਰ ਖਾਹ ਉਹਨਾਂ ਦੇ ਹਮਾਇਤੀ ਸਾਰੇ ਉਹਨਾਂ ਨੂੰ ਸਮਝ ਨਹੀਂ ਸੀ ਆ ਰਹੀ ਕੀ ਗੱਲ ਕਰੀਏ ਲੇਕਿਨ ਪਿਛਲੇ ਕੁਛ ਅਰਸੇ ਤੋਂ ਥੋੜ੍ਹੇ ਜਿਹੇ ਅਰਸੇ ਤੋਂ ਅੱਛੇ ਕੁਛ ਆ ਰਹੇ ਨੇ ਇਸ਼ਾਰੇ ਵੀ ਮਿਲ ਰਹੇ ਨੇ ਔਰ ਅੱਛੇ ਇੰਡੀਕੇਟਰਸ ਵੀ ਮਿਲ ਰਹੇ ਸਰ ਇਹ ਜਿਹੜੀ ਬਿਹਤਰੀ ਆ ਰਹੀ ਹੈ ਹਰ ਰਜ਼ੀਸ਼ੌਰ ਔਰ ਐਜੂਕੇਟਡ ਬੰਦਾ ਹੈ ਉਸਨੂੰ ਫੀਲ ਕਰ ਰਿਹਾ ਇਹ ਮਸ਼ੀਰਾਂ ਵਜ਼ੀਰਾਂ ਦੇ ਵਜ੍ਹਾ ਤੋਂ ਆ ਰਿਹਾ ਜਾਂ ਦੋਸਤ ਮੁਲਕਾਂ ਦੀ ਵਜ੍ਹਾ ਤੋਂ ਆ ਰਿਹਾ ਦੇਖੋ ਜੀ ਮਸ਼ੀਰ ਵਜ਼ੀਰ ਜਿਹੜੇ ਹੁੰਦੇ ਨੇ ਉਹ ਤਾਂ ਟੀਮ ਦਾ ਹਿੱਸਾ ਹੁੰਦੇ ਨੇ ਅਗਰ ਉਹਨਾਂ ਨੂੰ ਉਹਨਾਂ ਦੇ ਖਾਤੇ 'ਚ ਪਾ ਦਈਏ ਤਾਂ ਫਿਰ ਇਹਦਾ ਮਤਲਬ ਹੈ ਕਿ ਜਿੰਨਾਂ ਮੁਲਕਾਂ ਨੇ ਜਿੰਨਾਂ ਦੋਸਤਾਂ ਨੇ ਸਾਡੀ ਮਦਦ ਕਰ ਰਹੇ ਨੇ ਅਸੀਂ ਉਹਨਾਂ ਨੂੰ ਬਿਲਕੁਲ ਹੀ ਲਕੀਰ ਫੇਰ ਦੇਵਾਂਗੇ ਜੀ ਬਿਲਕੁਲ ਮੇਰਾ ਖਿਆਲ ਹੈ ਸਭ ਤੋਂ ਜ਼ਿਆਦਾ ਬਿਹਤਰੀ ਹੋਣ ਦਾ ਬਾਇਸ ਅਗਰ ਕਿਸੇ ਇੱਕ ਸ਼ਖਸ ਨੂੰ ਕ੍ਰੈਡਿਟ ਦੇਣਾ ਚਾਹੀਦਾ ਤਾਂ ਉਹ ਖੁਦ ਵਜ਼ੀਰ ਆਜ਼ਮ ਇਮਰਾਨ ਖਾਨ ਸਾਹਿਬ ਨੇ ਕਿਉਂਕਿ ਉਹਨਾਂ ਦੀ ਇੱਕ ਪਹਿਚਾਣ ਹੈ ਬੈਨੁਲ ਅਕਵਾਮੀ ਸਤਹ 'ਤੇ ਉਹਨਾਂ ਦਾ ਇੱਕ ਨਾਮ ਹੈ ਉਹਨਾਂ ਦੀ ਗੁੱਡਵਿਲ ਹੈ ਤੁਸੀਂ ਵੇਖੋ ਨਾ ਕਿ ਕੁਵੈਤ ਜਿਹਾ ਮੁਲਕ ਜਿੱਥੇ ਪਿਛਲੇ 10 ਸਾਲਾਂ ਤੋਂ ਸਾਡੇ ਵੀਜ਼ੇ ਹੀ ਬੰਦ ਸਨ ਸਾਡੀ ਦਾਰੋ ਮਦਾਰ ਬੜੀ ਜ਼ਿਆਦਾ ਆਬਾਦੀ ਵੱਧ ਰਹੀ ਹੈ ਅਤੇ ਸਾਡੇ ਲਈ ਤਾਂ ਬੜਾ ਜ਼ਰੂਰੀ ਹੈ ਕਿ ਸਾਰੀ ਦੁਨੀਆ 'ਚ ਵੀ ਜਿੱਥੇ ਜਿੱਥੇ ਸਾਡੇ ਪਾਕਿਸਤਾਨੀ ਜਾਂਦੇ ਨੇ ਕੰਮ ਕਰਨ ਲਈ ਉਹਨਾਂ ਨੂੰ ਮੌਕੇ ਮਿਲਣ ਲੇਕਿਨ ਇਹ ਮੌਕੇ ਅਗਰ ਖਤਮ ਹੋ ਜਾਣਗੇ ਤੇ ਉਹ ਕਿੱਥੋਂ ਆਏਗਾ ਜ਼ਰੇ ਮੁਬਾਦਲਾ ਜਿਹੜਾ ਅੱਜ ਕੱਲ ਟੀਵੀ ਤੇ ਬਹੁਤ ਲਫ਼ਜ਼ ਯੂਜ਼ ਹੋ ਰਹੇ ਰੈਮਿਟੈਂਸ ਮੈਂ ਅੰਗਰੇਜ਼ੀ ਤੋਂ ਬਚ ਰਿਹਾ ਨਾ ਵੇਖੋ ਗੱਲ ਹੋ ਗਈ ਹੈ ਤਾਬੀ ਸਾਹਿਬ ਤੁਸੀਂ ਤੇ ਪੰਜਾਬੀ ਦੇ ਖੁਦ ਪੰਜਾਬੀ ਦੇ ਖੁਦ ਬੜੇ ਬਣਦੇ ਹੋ ਤਰਜਮਾਨ ਤੇ ਇਸ ਲਈ ਜਿਹੜੀ ਜ਼ੁਬਾਨ ਬੋਲੀ ਜਾਏ ਉਹ ਪੂਰੀ ਬੋਲੀ ਜਾਣੀ ਚਾਹੀਦੀ ਮੈਂ ਜਿਹੜੀ ਹੈ ਗੁਲਾਬੀ ਕਿਸਮ ਦੀ ਪੰਜਾਬੀ ਤੇ ਗੁਲਾਬੀ ਕਿਸਮ ਦੀ ਉਰਦੂ ਇਹਨੂੰ ਸਖ਼ਤ ਨਾਪਸੰਦ ਕਰ ਇਦਾਰਾ ਆਪਸੇ ਮਾਜ਼ਰ ਖਾ ਹੈ ਅਤੁਲ ਇਮਕਾਨ ਕੋਸ਼ਿਸ਼ ਕਰਨਾ ਵਾਂ ਕਿ ਜਿਹੜੀ ਜ਼ੁਬਾਨ ਬੋਲ ਰਿਹਾ ਵਾਂ ਉਹ ਜ਼ੁਬਾਨ ਬੋਲਾਂ ਅਤੇ ਮੇਰੀ ਗੁਜ਼ਾਰਿਸ਼ ਇਹ ਵੇ ਕਿ ਪਿਛਲੇ ਕੁਛ ਦੇਰ ਤੋਂ ਅੱਛੇ ਯਾਨੀ ਆਸਾਰ ਨੇ ਸਾਡੀ ਜਿਹੜੀ ਗੈਰ ਮੁਲਕੀ ਸਾਡੇ ਜਿਹੜੇ ਪਾਕਿਸਤਾਨੀ ਬਾਹਰ ਨੇ ਉਹ ਜਿਹੜੀ ਉਹਨਾਂ ਦੀ ਕਮਾਈ ਆ ਰਹੀ ਹੈ ਉਹਦੇ 'ਚ ਕਾਫੀ ਇਜ਼ਾਫਾ ਹੋ ਰਿਹਾ ਸਾਡੀ ਜਿਹੜੀ ਬਰਾਮਦਾਤ ਨੇ ਉਹ ਬਿਹਤਰ ਹੋ ਰਹੀਆਂ ਨੇ ਸਾਡੀ ਜਿਹੜੀ ਜਿਹੜੀ ਸ਼ਰਾ ਹੈ ਤਰੱਕੀ ਦੀ ਉਹ ਵੀ ਬੜੀ ਅੱਛੀ ਦੱਸੀ ਜਾ ਰਹੀ ਹੈ ਅਤੇ ਇੱਕ ਜਿਸ ਤਰ੍ਹਾਂ ਠਹਿਰਾਓ ਜਿਹਾ ਆ ਰਿਹਾ ਸਾਰਾ ਅਤੇ ਅੱਲਾ ਕਰੇ ਅਗਰ ਅਸੀਂ ਇਸੇ ਪਾਸੇ ਹੀ ਤੁਰਦੇ ਜਾਈਏ ਤਾਂ ਫਿਰ ਅਸੀਂ ਕਹਿ ਸਕਾਂਗੇ ਕਿ ਸਾਡੀ ਤਵਕਵਾਤ ਪੂਰੀਆਂ ਹੋ ਰਹੀਆਂ ਨੇ ਸਰ ਅਸੀਂ ਹੁਣ ਇਬਤਦਾ ਹੋਈ ਹੈ ਇਸ ਕੰਮ ਇਬਤਦਾ ਹੋਈ ਅਸੀਂ ਹੁਣ ਸਿੱਧੇ PSL ਆਉਂਦੇ ਹਾਂ ਜੀ ਜਿਸ ਤਰ੍ਹਾਂ ਅਸੀਂ ਵੇਖਿਆ ਕਿ ਹੋਏਗੀ ਨਹੀਂ ਹੋਏਗੀ ਹੋ ਰਹੀ ਹੈ ਨਹੀਂ ਹੋ ਰਹੀ ਹੈ ਇੱਥੇ ਹੋਏਗੀ ਉੱਥੇ ਨਹੀਂ ਹੋਏਗੀ ਉੱਥੇ ਨਹੀਂ ਹੋਏਗੀ ਇੱਥੇ ਹੋਏਗੀ ਯਾਨੀ ਕਿ PCB ਦਾ ਬੇਇੰਤਹਾ ਪੈਸਾ ਲੱਗਾ ਅਤੇ ਤੁਸੀਂ ਇਹਨੂੰ ਪਾਕਿਸਤਾਨ ਸੁਪਰ ਲੀਗ ਕਹੋਗੇ ਜਾਂ ਪਾਕਿਸਤਾਨ ਸੀਟ ਬਚਾਓ ਲੀਗ ਕਹੋਗੇ ਨਹੀਂ ਮੈਨੂੰ ਪਾਕਿਸਤਾਨ ਸੁਪਰ ਲੀਗ ਹੀ ਕਹਾਂਗਾ ਗੱਲ ਇਹ ਵੇ ਕਿ ਇਸ ਵੇਲੇ ਤਾਂ ਮੈਂ ਕਹਾਂਗਾ ਕਿ ਇਹ ਕਰਵਾ ਲੈਣਾ ਇਹ ਜਿਹੜੇ ਬਾਕੀ ਦੇ ਮੈਚਿਸ ਨੇ ਇਹਨਾਂ ਨੂੰ ਇਹ ਬੜੀ ਹਿੰਮਤ ਦੀ ਗੱਲ ਹੈ
लेकिन गल ये कि इहदे पिछे जिन्नी कोशिश होई है, इहदे पिछे जिन्ना वक्त लाया गया है, इहदे पिछे जिन्ने अखराजात होए ने, वह हिसाब तो बाद विच होएगा। ये दसो जो इहदे मजबूरन एक मावरा अंग्रेजी का मैं बोलना पेगा जिन्हों कहते हैं कास्ट बेनीफिट रेशो कि तुहाडी लागत की आई है तो तुहानू कमाई की होई है। जी हाँ, तो जिनी लागत है सारे ते आई है वो कमाई उहदा बड़ा थोड़ा हिस्सा होया है। तो एक बुनियादी फैसला ही गलत हो चुका है। मैं कई जगह अगे भी कह चुकिया वहाँ कि कराची च बड़ी अच्छी सुपर लीग हो रही थी, कोई उहदे च खराबी नहीं सी, उहदे च कोई कोताही हुई। और खान साहब इससे नाराज भी हन कि तुसा पोस्टपोन क्यों कीती? क्योंकि नहीं पोस्टपोन भी कर लेना, चलो अगर तुसी तुहाडे इंतजाम विच कोई खराबी सी और तुसी उहदी वजह तो एक दो खिलाड़ी मुतासर होए ने तुहाडे, तो तुसी फौरी तौर पर चंद दिन लई, दो दिन, चार दिन, पाँच दिन उन्हें मुअत्तल करो, पूरे इंतजाम का नवें सिरे तो जायजा लवो। तुसी वेखो कि तुहाडा बबल कितों टुटिया है, किहड़ी जगह रही हुई है, क्या जिते रिहायश है खिलाड़ियों की उत्थे खराबी हुई है, क्या उन्होंने होटल तो ग्राउंड ले जाते आया कोई मसला पेश आया है, या उत्थे ग्राउंड ते मामला ऐसे कमज़ोर सन कि जेड़ा मर्जी मुँह चुक के आ जाए और जेड़ा मर्जी चला जाए, ये जायजा लवो और लै के फिर सख्त इकदाम करके मुकम्मल एहतियात करके फिर उत्थों शुरू कर देना चाहिए सी। जदों तुसी ये छड़ के तुहाडे आसाब इन्ने जवाब दे गए कि तुसी फौरी तौर पर नस पे उधर जिहड़ा इमारत वल जी, उदों सोचिया जाना चाहिदा सी कि इमारत का मिजाज जिहड़ा है वह क्रिकेट वाला तो है ही नहीं, उन्होंने हुक्मराना नूं ते उस बास दे नाल शिकार का शौक ज़्यादा है या फुटबॉल उत्थे बड़ा पसंद किया जाता है, तो उत्थे जाना ही गलत फैसला सी। चलो उन्हें मेज़बानी तुहानूं इतफाक कर लिया। उसके बाद तुसीं एक होर चीज़ सोचो और मैं बार बार ये कहना क्योंकि मैं वो पुरानी क्रिकेट भी वेखी हुई जो अब्दुल रहमान बहादुर करांदा हुंदा सी, कितना कामयाब प्रोग्राम क्यों खत्म होया सी? खत्म इसलिए होया सी क्योंकि वो हिंदुस्तान नूं बारा नहीं सी खांदा, उत्ते पाकिस्तान जांदा सी, चंगी टीम साडी हुंदी सी, उन्हां दी चंगी मार कुटाई हुंदी सी, बड़ा उन्हां दा नां खराब हुंदा सी, उन्हां कहे बंद ही करवा दिओ सारा कुछ। और तुसीं इह वी जाणदे हो, तुसीं वी इस इलाके च बड़े गए होवोगे, किन्नी अक्सरीयत है हिंदुस्तान दे लोकां दी जिहड़े उत्थे काम करदे ने। सर कुर्सियां वाली सारियां नौकरियां है ही, कुर्सियां वाली नौकरियां तो है ही उन्हां कोल ने ना, साडे बेचारे ते ओह जिहड़ी हुंदी है मजदूर तबका है जिहड़ा कमरे च 18 18 ਦਿਆ ਜਾਂਦੇ ਉਹ ਸਾਰੇ ਚਾਹੇ ਨੇ, ਉਹਨਾਂ ਦੇ ਆਲਾ ਅਹੁਦਿਆਂ ਤੇ ਵੀ ਨੇ, ਉਹਨਾਂ ਦੇ ਦਫ਼ਤਰਾਂ ਵਿੱਚ ਵੀ ਨੇ, ਹਰ ਜਗ੍ਹਾ ਮੌਜੂਦ ਨੇ। ਤੋ ਇੱਕ ਮਾਹੌਲ ਉੱਤੇ ਇੰਜ ਲੱਗਦਾ ਹੈ ਕਿ ਜਿਸ ਤਰ੍ਹਾਂ ਇਹ ਸਾਡਾ ਕੋਈ ਬਰਾਦਰ ਇਸਲਾਮੀ ਮੁਲਕ ਨਹੀਂ, ਇਹ ਦੁਸ਼ਮਣ ਮੁਲਕ ਹੈ ਇਹਨਾਂ ਲੋਕਾਂ ਦੀ ਵਜ੍ਹਾ ਤੋਂ। ਅਤੇ ਇਹ ਮੈਨੂੰ ਬੜਾ ਸ਼ੱਕ ਜੇ, ਮੇਰੇ ਕੋਲ ਯਾਨੀ ਕੋਈ ਵਾਜ਼ੇ ਕੋਈ ਸਬੂਤ ਜਾਂ ਇਸ ਤਰ੍ਹਾਂ ਦੀ ਗੱਲ ਤਾਂ ਨਹੀਂ ਪਹੁੰਚੀ, ਲੇਕਿਨ ਮੈਂ ਉੱਥੋਂ ਦੇ ਲੋਕਾਂ ਨਾਲ ਜਿਨ੍ਹਾਂ ਨਾਲ ਵੀ ਕਿਸੇ ਨਾਲ ਗੱਲ ਹੋਈ ਹੈ ਕਿ ਉਹ ਹਰ ਤਰੀਕੇ ਨਾਲ ਉਹ ਰੁਕਾਵਟਾਂ ਪੈਦਾ ਕਰਦੇ ਨੇ। ਤੁਹਾਡਾ ਕੀ ਖਿਆਲ ਹੈ ਕਿ ਜਿਹੜੀ ਹੁਣ ਪਾਕਿਸਤਾਨ ਸੁਪਰ ਲੀਗ ਹੋਣ ਜਾ ਰਹੀ ਹੈ ਇਹਦੇ 'ਚ ਵੀ ਪੰਗੇਬਾਜ਼ੀ ਕਰਨਗੇ? ਮੈਂ ਪੰਗੇਬਾਜ਼ੀ ਹੈ ਜਿਹੜੀ ਜਦੋਂ ਕਿ ਤੁਹਾਨੂੰ ਵੀਜ਼ੇ ਵੀ ਮਿਲ ਗਏ, ਤੁਹਾਡੀ ਹਕੂਮਤ ਦੀ ਮੁਦਾਖਲਤ ਹੋਈ, ਉਹਨਾਂ ਦੀ ਜਿਹੜੀ ਵਜ਼ਾਰਤ ਖਾਰਜਾ ਸੀ ਉਹਨਾਂ ਵੱਲੋਂ ਮੁਦਾਖਲਤ ਹੋਈ, ਤੁਹਾਡੇ ਵੀਜ਼ੇ ਦਿੱਤੇ ਗਏ, ਸਭ ਕੁਝ ਹੋਏ। ਉਹਦੇ ਬਾਅਦ ਇਹ ਜਿਹੜੇ ਆ ਰਹੇ ਸਨ ਕਿ ਜੀ ਕਦੀ ਸਿਹਤ ਵਾਲੇ ਮਹਿਕਮੇ ਨੇ ਇਤਰਾਜ਼ ਕਰ ਦਿੱਤਾ, ਕਦੀ ਦੂਸਰੇ ਮਹਿਕਮੇ ਨੇ ਇਤਰਾਜ਼, ਉਹ ਕੌਣ ਕਰ ਰਿਹਾ ਸੀ? ਯਾਨੀ ਅਗਰ ਹਕੂਮਤੀ ਸਤ੍ਹਾ ਤੋਂ ਤੁਹਾਨੂੰ ਇਜਾਜ਼ਤ ਵੀ ਮਿਲ ਗਈ ਹੈ, ਤੁਹਾਨੂੰ ਵੀਜ਼ੇ ਵੀ ਮਿਲ ਰਹੇ ਨੇ, ਤਾਂ ਫਿਰ ਹਰ ਤਰ੍ਹਾਂ ਦੇ ਇਤਰਾਜ਼ ਕਦੀ ਕਿਸੇ ਹੋਰ ਜਗ੍ਹਾ 'ਤੇ ਥੋੜ੍ਹੇ ਜੇ? ਅਤੇ ਇਹ ਉਹ ਲੋਕ ਨੇ ਜਿਹੜੇ ਉਹਨਾਂ ਮੁਲਕਾਂ ਵਿੱਚੋਂ, ਦੂਸਰੇ ਮੁਲਕ ਤੋਂ, ਪੜੋਸੀ ਮੁਲਕ ਤੋਂ ਆ ਕੇ ਉੱਥੇ ਆਏ ਹੋਏ ਨੇ, ਕਿਸੇ ਨਾ ਕਿਸੇ ਬਹਾਨੇ ਕੋਈ ਖੜਾ ਕਰ ਦਿੱਤੇ ਨੇ। ਤੋ ਇਹ ਸਾਰੀਆਂ ਰੁਕਾਵਟਾਂ ਨੇ। ਮੇਰੀ ਦੁਆ ਵੇ ਕਿ ਅੱਲਾ ਕਰੇ ਹੁਣ ਇਹ ਚੀਜ਼ ਅੱਗੋਂ ਹੋਵੇ, ਕਿਉਂਕਿ ਸਾਡਾ ਇੱਕ ਕਾਮਯਾਬ ਬ੍ਰਾਂਡ ਹੈ, ਸਾਡੇ ਮੁਲਕ ਦਾ ਨਾਮ ਹੈ, ਸਾਡੇ ਖਿਲਾੜੀ ਉੱਥੇ ਗਏ ਹੋਏ ਨੇ ਅੱਛੀ ਕ੍ਰਿਕਟ ਖੇਡਣ, ਔਰ ਅੱਲਾ ਕਰੇ ਕਿ ਅਗਲੇ ਸਾਲ ਸਾਨੂੰ ਇਹੋ ਜਿਹਾ ਫੈਸਲਾ ਨਾ ਕਰਨਾ ਪਵੇ। ਲੇਕਿਨ ਜੋ ਵੀ ਖਰਾਬੀ ਹੁੰਦੀ ਹੈ ਉਹ ਉਹਦੇ ਪਿੱਛੇ ਇਹਨਾਂ ਦਾ ਹੱਥ ਹੁੰਦਾ ਜ਼ਰੂਰ। ਸਰ ਆਖਰੀ ਸਵਾਲ, ਜਿਸ ਤਰ੍ਹਾਂ ਮੈਂ ਸਟਾਰਟ 'ਚ ਇਮਰਾਨ ਖਾਨ ਹੋਰਾਂ ਦੇ ਬਾਰੇ 'ਚ ਪੁੱਛਿਆ, ਇਹਸਾਨ ਮਾਨੀ ਹੋਰਾਂ ਕੋਲੋਂ ਜਿੰਨੀਆਂ ਤੁਹਾਨੂੰ ਤਕਵਾ ਸਨ ਉਹ ਕਿੰਨੀਆਂ ਕੁ ਪੂਰੀਆਂ ਹੋਈਆਂ? ਕਿਉਂਕਿ ਮੈਂ ਉਹਨਾਂ ਨੂੰ ਜ਼ਾਤੀ ਤੌਰ 'ਤੇ ਬੜਾ ਲਾਈਕ ਕਰਦਾ ਸਾਂ ਔਰ ਸਮਝਦਾ ਸਾਂ ਕਿ ਦਿਸ ਮੈਨ ਕੈਨ ਡੀਲ ਵੈਲ। ਸੋਰੀ ਮੈਂ ਵਿੱਚ ਤੜਕਾ ਲੱਗ ਜਾਂਦਾ, ਅੰਗਰੇਜ਼ੀ ਆਉਂਦੀ ਇੰਨੀ ਜ਼ਿਆਦਾ, ਹੁਣ ਉਹਦਾ ਕੀ ਕੀਤਾ ਜਾ ਸਕਦਾ? ਇਹਸਾਨ ਮਾਨੀ ਤੁਹਾਡੇ 'ਤੇ ਤਵੱਕਾ ਜ਼ਿਆਦਾ ਸਨ, ਮੇਰਾ ਤਾਂ ਉਹ ਜ਼ਾਤੀ ਦੋਸਤ ਤੇ ਔਰ ਬੜੇ ਪੁਰਾਣੇ ਅਰਸੇ ਤੋਂ ਦੋਸਤ ਹੈ, ਔਰ ਇਨਸ਼ਾਅੱਲਾ ਅੱਗੋਂ ਵੀ ਦੋਸਤ ਰਹੇਗਾ, ਔਰ ਮੈਨੂੰ ਵੀ ਸੀ ਕਿ ਉਹਦਾ ਇੰਨਾ ਬੈਨੁਲ ਅਕਵਾਮੀ
ਸਤਾ ਤੇ ਉਹਦਾ ਤਾਰਫ ਵੀ ਆ ਔਰ ਉਹਨੇ ਇੰਨੀ ਕ੍ਰਿਕਟ ਵੇਖੀ ਹੋਈ ਹੈ 30-35 ਸਾਲ ਤੋਂ ਕ੍ਰਿਕਟ ਤੋਂ ਵਾਪਸਤਾ ਹੈ ਅਤੇ ਉਹਦੇ ਲਈ ਕੋਈ ਮਸਲਾ ਨਹੀਂ ਹੋਏਗਾ ਇਸ ਨੂੰ ਬਹੁਤ ਅੱਛੀ ਤਰ੍ਹਾਂ ਸੰਭਾਲਣਾ ਔਰ ਲੇਕਿਨ ਬਿਲਕੁਲ ਤਵਕਕਾਤ ਪੂਰੀਆਂ ਨਹੀਂ ਹੋਈਆਂ ਮੈਨੂੰ ਸਭ ਤੋਂ ਜ਼ਿਆਦਾ ਇਤਰਾਜ਼ ਹੈ ਔਰ ਮੈਂ ਮੁਲਾਕਾਤ ਵਿੱਚ ਵੀ ਕਿਹਾ ਸੀ ਕਿ ਹੋਇਆ ਕਿ ਚੇਅਰਮੈਨ ਜਿਹੜਾ ਹੁੰਦਾ ਹੈ ਉਹ ਆਪਣੀ ਮਰਜ਼ੀ ਦੀ ਟੀਮ ਬਣਾਉਂਦਾ ਹੈ ਲੇਕਿਨ ਆਪਣੇ ਇਖਤਿਆਰਾਤ ਜਿਹੜੇ ਹੁੰਦੇ ਨੇ ਉਹ ਹਮੇਸ਼ਾ ਆਪਣੇ ਕੋਲ ਰੱਖਦਾ ਹੈ ਇਹ ਨਹੀਂ ਹੁੰਦਾ ਕਿ ਜੀ ਕੋਈ ਚੀਫ ਐਗਜ਼ੈਕਟਿਵ ਸਾਹਿਬ ਆ ਗਏ ਨੇ ਔਰ ਉਹ ਵੀ ਚੀਫ ਐਗਜ਼ੈਕਟਿਵ ਇੱਕ ਜਿਸ ਤਰ੍ਹਾਂ ਇੱਕ ਹੁਣ ਪੈਰਾਸ਼ੂਟ ਤੋਂ ਛਾਤਾ ਬਰਦਾਰ ਉੱਤੋਂ ਅਸਮਾਨ ਤੋਂ ਆ ਗਿਆ ਹੋਮ ਫਰੋਮ ਵਰਕ ਜੀ ਵਰਕ ਫਰੋਮ ਹੋਮ ਵਰਕ ਫਰੋਮ ਹੋਮ ਤੋਂ ਉਹ ਇਸ ਕਿਸਮ ਦੇ ਟੀਮ ਜਦੋਂ ਤੁਸੀਂ ਬਣਾਓਗੇ ਅਤੇ ਫਿਰ ਕਾਰਕਰਦਗੀ ਜਿਹੜੀ ਹੋਏਗੀ ਇਹੋ ਜਿਹੀ ਹੈ ਅਤੇ ਨਹੀਂ ਮੈਂ ਨਹੀਂ ਮੁਤਮਿਨ ਜੋ ਹੋ ਰਿਹਾ ਸਰ ਥੈਂਕ ਯੂ ਵੈਰੀ ਮਚ ਸਰ ਇਹ ਸਨ ਜੀ ਖਾਲਸ ਸਾਹਿਬ ਔਰ ਗੱਲਾਂ ਤੋਂ ਤੁਹਾਨੂੰ ਪਤਾ ਲੱਗਾ ਹੋਏਗਾ ਕਿ ਇੱਕ ਅਕਲਮੰਦ ਆਦਮੀ ਇੱਕ ਜ਼ਿਹਨੀ ਮਨਸੂਬਾਬੰਦੀ ਰੱਖਣ ਵਾਲਾ ਆਦਮੀ ਹਮੇਸ਼ਾ ਅੱਛੀ ਔਰ ਉਹ ਗੱਲ ਕਰਦਾ ਜਿਹਦੇ 'ਚ ਅੱਗੇ ਮੁਸਤਕਬਿਲ ਦੀ ਬਿਹਤਰੀ ਹੋਵੇ ਕੀੜੇ ਅਤੇ ਕੀੜੇ ਖਾਮ ਖਾਨ ਨਹੀਂ ਕੱਢਦਾ ਅਸੀਂ ਖਾਲਸ ਮਹਿਮੂਦ ਹੋਰਾਂ ਦਾ ਬਹੁਤ ਮਸ਼ਕੂਰ ਹਾਂ ਕਿ ਉਹਨਾਂ ਸਾਡੇ ਵਾਸਤੇ ਟਾਈਮ ਕੱਢਿਆ ਆਫਤਾਬ ਅਹਿਮਦ ਤਾਬੀ ਨੂੰ ਦਿਓ ਇਜਾਜ਼ਤ ਅੱਲਾ ਹਾਫਿਜ਼